ਗੱਲਬਾਤ ਐਂਡ ਹੀ ਆ ਜਮਾ ਸੁਰ ਚ ਵਜਾ ਬਾਈ ਚੱਲੇ ਆ ਰੇਤੇ ਜ ਤੇ ਹੁਣ ਵੇਨੇ ਆ 4x4 ਲਾ ਕੇ 4x4 ਦਾ ਜੋਰ ਸਹੀ ਆ ਆਉਂਦਾ ਦੇਖੋ ਬੋਤੇ ਬਾਤੇ ਖੜੇ ਰੇਗਿਸਤਾਨ ਚ ਆ ਰਹੇ ਉੱਠ ਵਾਲੇ ਜਹਾਜ਼ ਆਉਂਦੇ ਆ ਰੇਗਿਸਤਾਨ ਦੇ ਜਹਾਜ਼ मगर साड़ी गड्डी भी आउंदी है डायरेक्शन असीं दस रहे हैं उन्हां नूं भजाउंदे ही बहुत आ यार इहदा ए हौली ए भरावा डेंजर आ काम बहुत सख्त है इहदा साडे वाली गड्डी हौली आउंदी फुल माहौल मगिया वा बहुत सोहना काम आ पूरा सभ्याचार माहौल हुण इन्नी घेंट लोकेशन ते पहुंचे हुए ते रीलां बनाईए ये गल किवें हो सकती है आ फिर असी आनंद लैता रीलां रूलां बनाईया सिरा हो गया काम जमा लो बई आ देखो बोता ले लिया आपां ते आ राजस्थान च 2-250 किला बाण दा ले लिया लो बई पूरा बोते की सवारी करके असी पहुँच चुके हैं आपके होटल के इतने साडा वेलकम किया गया तिलक ला के बहुत घेंट जिहड़ा इन्हां दा कल्चर आ उस हिसाब नाल बाई हुणे बहुत घेंट बंदे सी ते इदू बाद च जिहड़ा इत्थों दा स्टाफ सी उन्हां ने फोटो वगैरह कराईआं ते थोड़े बिरादरी दे बंदे आ आ देखो हुण बाई उवें म्यूजिक भी आउंदा सानू कहिंदा उवें ताड़ियां मारो आ देखो हुण जिवें जिवें उह म्यूजिक प्ले करूगा उवें उवें ही ताड़ियां मारनियां साज खुंझ जांदा आदा कुछ होर ही करता है नहीं यार नहीं बोझ चेकआउट टाइम तो आप लादा जिंदा कमरे नूं ते हुण चले आ घर दे अल्ली नूं ते बहुत घेंट लग्या इत्थे रह के बहुत वधिया माहौल आ बूटे बाटे लगे आ नज़ारा घेंट आ गलबात आ धर लिया समान समून गड्डी दे विच ते तैयारी करती पेंड नहीं जान दी
ਅਤੇ ਪਹਿਲਾਂ ਹੁਣ ਅਸੀਂ ਜੈਸਲਮੇਰ ਰੁਕਾਂਗੇ, ਸ਼ਹਿਰ ਦੇ ਵਿੱਚੋਂ ਸਮਾਨ ਸਮੂਨ ਲਵਾਂਗੇ ਖਾਣ ਵਾਸਤੇ, ਅਤੇ ਫਿਰ ਜਾਵਾਂਗੇ ਪਿੰਡ ਨੀ ਨੂੰ। ਆਹ ਤੁਸੀਂ ਦੇਖਦੇ ਆ ਪੁਲਿਸ ਲੱਗੀ ਵੀ ਆ ਚਾਰੇ ਪਾਸੇ ਅਤੇ ਚੌਂਕ ਬੰਦ ਆ। ਸਾਡੀ ਗੱਡੀ ਅਸੀਂ ਜਾਣਾ ਸੀ, ਸਾਨੂੰ ਰੋਕਿਆ ਗਿਆ। ਮੋਦੀ ਜੀ ਆ ਰਹੇ ਆ ਕਹਿੰਦੇ, ਦੇਖੋ ਪੁਲਿਸ ਲੱਗੀ। ਪੂਰੇ 20 ਮਿੰਟ ਤੋਂ ਐਂ ਕੰਮ ਚੱਲ ਰਿਹਾ ਅਤੇ ਕੰਮ ਸਖ਼ਤ ਆ ਇੱਥੇ, ਪਰ ਇੱਥੋਂ ਦੇ ਲੋਕ ਮੋਦੀ ਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਆ। ਸਾਰੇ ਲੋਕ ਐਂ ਖੜ੍ਹੇ ਆ, ਉਹ ਲੋਕੀ ਸਪੈਸ਼ਲ ਇਸੇ ਮੋਦੀ ਨੂੰ ਦੇਖਣ ਲਈ ਖੜ੍ਹੇ ਆ। ਆ ਜਾਂਦੀਆਂ ਕਾਰਾਂ, ਗੱਡੀਆਂ ਦਾ ਬਹੁਤ ਜ਼ਿਆਦਾ ਕਾਫਲਾ ਵੱਡਾ ਜਾ ਰਿਹਾ, ਹੋਰ ਕਾਰਾਂ ਆ ਰਹੀਆਂ, ਪੁਲਿਸ ਦੀਆਂ ਡਰਾਈਵਰ ਆ ਜਾਂਦੀਆਂ। ਨੇਤਾ ਇੱਥੋਂ ਦੇ ਉਸਨੇ ਨੇਤਾ ਅਮਰੀਕਾ, ਐਂਬੂਲੈਂਸ, ਫਾਇਰ ਬ੍ਰਿਗੇਡ, ਵੋ ਕੌਣ ਥਾ, ਵੋ ਕੌਣ, ਭਜਨ ਲਾਲ ਸ਼ਰਮਾ। ਮੋਦੀ ਅਬ ਪਿੱਛੇ ਆਏਗਾ, ਅੱਛਾ ਯਹਾਂ ਪਰ ਮੋਦੀ ਕੋ ਅੱਛਾ ਮਾਨਤੇ ਹੈ, ਅੱਛਾ ਮਾਨਤੇ ਹੈ। ਇਧਰ ਕਾਮ ਬਹੁਤ ਹੁਆ ਹੈ ਨਾ, ਸੜਕੇ ਸੁੜਕੇ ਠੀਕ ਹੈ, ਗੱਲਬਾਤ ਐਂਡ ਹੀ ਹੈ। ਸੁਰਚ ਵਜਾ, ਗਾਣਾ ਕੱਢ ਦੇ ਜੇ ਕੋਈ ਬਾਜਿਆਂ ਵਾਲੇ ਵਾਂਗੂ। ਕਿਹੜਾ ਓਏ ਗਾਣਾ ਕਿਹੜਾ ਹੈ, ਜ਼ੋਰ ਸੇ ਬਜਾਓ ਰਾਜ। ਪਾਣੀ ਮੁੱਕ ਗਏ ਚੋਤਾ ਬਾਬੇ। ਹਾਂ ਹੁਣ ਅਸੀਂ ਪਿੰਡ ਜਾਣ ਲੱਗੇ ਸੀ ਅਤੇ ਰਾਹ ਦੇ ਵਿੱਚ ਆਹ ਦੁਕਾਨ ਆ ਗਈ, ਇੱਥੇ ਹੈਂਡਮੇਡ ਸਾਰਾ ਕੁਛ ਬਣਾਇਆ ਵਾ ਸੀ, ਮੂਰਤੀਆਂ, ਚਿੜੀਆਂ, ਡੋਂਗੇ ਪਾਣੀ ਰੱਖਣ ਵਾਲੇ, ਹੋਰ ਬਹੁਤ ਕੁਛ, ਚਕਲੇ, ਬੇਲਨੇ, ਕੱਪ, ਪਤੀਲੇ, ਹੋਰ ਤਵੇ, ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਅਤੇ ਆਹ ਤੁਸੀਂ ਦੇਖ ਸਕਦੇ ਹਾਂ ਕਿੰਨੀਆਂ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ, ਬਹੁਤ ਜ਼ਿਆਦਾ ਸੋਹਣੀਆਂ। ਅਤੇ ਇਹ ਅਸੀਂ ਹੁਣ ਲੈ ਕੇ ਜਾਵਾਂਗੇ ਪਿੰਡ, ਨਿਸ਼ਾਨੀ ਦੇ ਤੌਰ 'ਤੇ ਵੀ ਰਾਜਸਥਾਨ ਘੁੰਮਣ ਆਏ ਸੀ।